आम आदमी पार्टी ने अज इतिहास रच दिता है। पंजाब विधानसभा चोणां दे विच 92 सीटां जित के आम आदमी पार्टी अज सब तो मूहरे आ खड़ी है। आम आदमी पार्टी ने अज पार्टी दे आगुआं ने जो कहा सी कि असीं 90 सीटां दे नाल जित हासिल करांगे, उह शब्द भी पूरे कर दित्ते ने। अते भगवंत मान दे जेकर पिंड दी गल करिए तां उत्थे वी अजिहा माहौल बणिया होया जिवें कोई बहुत वड्डा मेला लग्गिया होवे। भगवंत मान दी जिहड़ी भैण है उह पहुंची है पिंड अते उहनां दी गड्डी नूं चारे पासिओं पिंड वालिआं ने घेरा पाया होया, उन्हां दा सन्मान कर रहे ने अते उह गड्डी दी सनरूफ चों बाहर आ के लोकां दा तहे दिलों धन्नवाद कर रहे ने। बेहद भावुक दिखाई दे रही है भगवंत मान दी भैण। नाल ही भगवंत मान दे घर दे विच वी अजिहा माहौल है जिवें कोई विआह रख्या हुंदा। बेहद पिंड दे सारे लोग खुश ने अते उहनां दे घरे लोकां दा तांता लग्गिया होया, वधाई ते वधाई दित्ती जा रही है भगवंत मान नूं उहनां दे परिवार वालिआं नूं। आओ देखदे हां इह माहौल जिथे कि भगवंत मान दे घर दे विच बेहद खुशनुमा माहौल बणिआ होया अते की कह रहे ने भगवंत मान दे भैण जी। आम आदमी पार्टी ने अज इतिहास रच दिता है। पंजाब विधानसभा चोणां दे विच 92 सीटां जित के पार्टी अज सब तो मूहरे आ खड़ी है। आम आदमी पार्टी दे आगुआं ने जो कहा सी कि असीं 90 सीटां दे नाल जित हासिल करांगे, उह शब्द भी पूरे कर दित्ते ने। भगवंत मान दे जेकर पिंड दी गल करिए तां उत्थे वी अजिहा माहौल बणिआ होया जिवें बहुत वड्डा मेला लग्गिआ होवे। भगवंत मान दी जिहड़ी भगवंत मान दी जिहड़ी भैण है उह पहुंची है पिंड गड्डी नूं चारे पासिओं उहनां दी गड्डी नूं चारे पासिओं ਪਿੰਡ ਵਾਲਿਆਂ ਨੇ ਘੇਰਾ ਸਨਮਾਨ ਕਰ ਰਹੇ ਨੇ, ਸਨਮਾਨ ਕਰ ਰਹੇ ਨੇ ਸਨਰੂਪ ਚੋਂ ਗੱਡੀ ਦੀ ਸਨਰੂਪ ਚੋਂ ਬਾਹਰ ਆ ਕੇ ਜਦੋਂ ਧੰਨਵਾਦ ਕਰ ਰਹੇ ਨੇ, ਬੇਹਨਵਾਦ ਕਰ ਰਹੇ ਨੇ, ਦਿਖਾਈ ਦੇ ਰਹੀ ਹੈ ਦਿਖਾਈ ਦੇ ਰਹੀ ਹੈ ਭੈਣ ਭਗਵੰਤ ਮਾਨ ਦੀ ਭੈਣ। ਭਗਵੰਤ ਮਾਨ ਦੇ ਘਰ ਦੇ ਵਿੱਚ ਵੀ ਅਜਿਹਾ ਮਾਹੌਲ ਹੈ ਜਿਵੇਂ ਕੋਈ ਵਿਆਹ ਰੱਖਿਆ ਹੁੰਦਾ, ਜਿਵੇਂ ਕੋਈ ਵਿਆਹ ਰੱਖਿਆ ਹੁੰਦਾ। ਪਿੰਡ ਦੇ ਸਾਰੇ ਲੋਕ ਖੁਸ਼ ਨੇ, ਸਾਰੇ ਲੋਕ ਖੁਸ਼ ਨੇ ਅਤੇ ਉਹਨਾਂ ਦੇ ਘਰੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ, ਵਧਾਈ ਦਿੱਤੀ ਜਾ ਰਹੀ ਹੈ, ਵਧਾਈ ਦਿੱਤੀ ਜਾ ਰਹੀ ਹੈ ਭਗਵੰਤ ਪਰਿਵਾਰ ਵਾਲਿਆਂ ਨੂੰ। ਆਓ ਦੇਖਦੇ ਹਾਂ ਮਾਹੌਲ, ਆਓ ਦੇਖਦੇ ਹਾਂ ਭਗਵੰਤ ਮਾਨ ਦੇ ਘਰ ਦੇ ਵਿੱਚ ਭਗਵੰਤ ਮਾਨ ਦੇ ਘਰ ਖੁਸ਼ਨੁਮਾ ਮਾਹੌਲ ਬਣਿਆ ਹੋਇਆ ਹੈ, ਖੁਸ਼ਨੁਮਾ ਮਾਹੌਲ ਬਣਿਆ ਹੋਇਆ ਹੈ ਅਤੇ ਕੀ ਕਹਿ ਰਹੇ ਨੇ ਭਗਵੰਤ ਮਾਨ ਦੇ ਭੈਣ ਜੀ। आम आदमी पार्टी ने अज इतिहास रच दिता है। पंजाब पार्टी ने अज इतिहास रच दिता है। 92 सीटां जित के चोणां दे विच 92 सीटां जित के मूहरे आ खड़ी है। आम आदमी पार्टी दे आगुआं ने जो कहा सी कि असीं 90 सीटां दे नाल जित हासिल करांगे, उह शब्द भी पूरे कर दित्ते ने। अते भगवंत मान दे जेकर पिंड दी गल करिए तां उत्थे वी अजिहा माहौल बणिआ होया जिवें बहुत वड्डा मेला लग्गिआ होवे। भगवंत मान दी जिहड़ी भैण है उह पहुंची है पिंड अते उहनां दी गड्डी नूं चारे पासिओं पिंड वालिआं ने घेरा पाया
ਦੀ ਗੱਡੀ ਨੂੰ ਚਾਰੇ ਪਾਸੇ ਪਿੰਡ ਵਾਲਿਆਂ ਨੇ ਘੇਰਾ ਪਾਇਆ ਹੋਇਆ ਹੈ, ਉਹਨਾਂ ਦਾ ਸਨਮਾਨ ਕਰ ਰਹੇ ਨੇ, ਲੋਕਾਂ ਦਾ ਗੱਡੀ ਦੀ ਧੰਨਵਾਦ ਕਰ ਰਹੇ ਨੇ, ਬੇਹੱਦ ਭਾਵੁਕ ਦਿਖਾਈ ਦੇ ਰਹੀ ਹੈ, ਧੰਨਵਾਦ ਕਰ ਰਹੇ ਨੇ, ਬੇਹੱਦ ਭਾਵੁਕ ਦਿਖਾਈ ਦੇ ਰਹੀ ਹੈ, ਭਗਵੰਤ ਮਾਨ ਦੇ ਘਰ ਦੇ ਵਿੱਚ ਵੀ ਅਜਿਹਾ ਮਾਹੌਲ ਹੈ ਜਿਵੇਂ ਕੋਈ ਵਿਆਹ ਮਾਨ ਦੇ ਘਰ ਦੇ ਵਿੱਚ ਵੀ ਅਜਿਹਾ ਮਾਹੌਲ ਹੈ ਜਿਵੇਂ ਕੋਈ ਵਿਆਹ ਰੱਖਿਆ ਨੇ ਅਤੇ ਉਹਨਾਂ ਦੇ ਘਰ ਲੋਕਾਂ ਪਿੰਡ ਦੇ ਸਾਰੇ ਲੋਕ ਖੁਸ਼ ਨੇ ਅਤੇ ਉਹਨਾਂ ਦੇ ਘਰ ਵਧਾਈ ਦਿੱਤੀ ਜਾ ਰਹੀ ਹੈ, ਭਗਵੰਤ ਮਾਨ ਦੇ ਵਧਾਈ ਦਿੱਤੀ ਜਾ ਰਹੀ ਹੈ, ਉਹ ਦੇਖਦੇ ਆ ਮਾਹੌਲ ਪਰਿਵਾਰ ਵਾਲਿਆਂ ਨੂੰ ਮਾਨ ਦੇ ਘਰ ਦੇ ਵਿੱਚ ਮਾਹੌਲ ਬੇਹੱਦ ਖੁਸ਼ਨੁਮਾ ਮਾਹੌਲ ਬਣਿਆ ਹੋਇਆ ਘਰ ਦੇ ਵਿੱਚ, ਕੀ ਕਹਿ ਰਹੇ ਨੇ ਖੁਸ਼ਨੁਮਾ ਮਾਹੌਲ ਬਣਿਆ ਹੋਇਆ ਅਤੇ ਕੀ ਕਹਿ ਰਹੇ ਨੇ ਭਗਵੰਤ ਮਾਨ ਦੇ ਭੈਣ ਜੀ। ਪਾਰਟੀ ਨੇ ਅੱਜ ਇਤਿਹਾਸ ਰਚ ਦਿੱਤਾ ਹੈ, ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਨੇ ਅੱਜ ਇਤਿਹਾਸ ਰਚ ਦਿੱਤਾ ਹੈ, ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਮੂਹਰੇ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜੋ ਕਿਹਾ ਸੀ ਕਿ ਅਸੀਂ 90 ਸੀਟਾਂ ਦੇ ਨਾਲ ਜਿੱਤ ਹਾਸਲ ਕਰਾਂਗੇ, ਪਾਰਟੀ ਦੇ ਆਗੂਆਂ ਨੇ ਜੋ ਕਿਹਾ ਸੀ ਕਿ ਅਸੀਂ 90 ਭਗਵੰਤ ਮਾਨ ਦੇ ਜੇਕਰ ਪਿੰਡ ਦੀ ਗੱਲ ਕਰੀਏ ਉਹ ਸ਼ਬਦ ਵੀ ਪੂਰੇ ਕਰ ਦਿੱਤੇ ਨੇ, ਮਾਹੌਲ ਬਣਿਆ ਹੋਇਆ ਜਿਵੇਂ ਭਗਵੰਤ ਮਾਨ ਦੇ ਜੇਕਰ ਪਿੰਡ ਦੀ ਗੱਲ ਕਰੀਏ ਤਾਂ ਉੱਥੇ ਵੀ ਅਜਿਹਾ ਮਾਹੌਲ ਬਣਿਆ ਹੋਇਆ ਜਿਵੇਂ ਕੋਈ ਬਹੁਤ ਵੱਡਾ ਮੇਲਾ ਲੱਗਿਆ ਹੋਵੇ, ਉਹਨਾਂ ਦੀ ਗੱਡੀ ਨੂੰ ਚਾਰ ਮਾਨ ਦੀ ਜਿਹੜੀ ਭੈਣ ਨੇ ਘੇਰਾ ਪਾਇਆ ਹੋਇਆ ਪਿੰਡ ਦਾ ਸਨਮਾਨ ਕਰ ਰਹੇ ਨੇ, ਗੱਡੀ ਨੂੰ ਚਾਰੇ ਗੱਡੀ ਦੀ ਸੰਗਲਿਆਂ ਨੇ ਘੇਰਾ ਪਾਇਆ ਹੋਇਆ, ਉਹਨਾਂ ਦਾ ਸਨਮਾਨ ਕਰ ਰਹੇ ਨੇ, ਧੰਨਵਾਦ ਕਰ ਰਹੇ ਨੇ, ਬੇਹੱਦ ਭਾਵੁਕ ਦਿਖਾਈ ਦੇ ਰਹੀ ਹੈ, ਭਗਵੰਤ ਮਾਨ ਦੀ ਭੈਣ ਧੰਨਵਾਦ ਕਰ ਰਹੇ ਨੇ, ਬੇਹੱਦ ਮਾਨ ਦੇ ਘਰ ਦੇ ਵਿੱਚ ਵੀ ਅਜਿਹਾ ਮਾਹੌਲ ਹੈ ਜਿਵੇਂ ਕੋਈ ਵਿਆਹ ਰੱਖਿਆ ਹੁੰਦਾ ਹੈ, ਨਾਲ ਹੀ ਭਗਵੰਤ ਮਾਨ ਦੇ ਘਰ ਦੇ ਵਿੱਚ ਵੀ ਅਜਿਹਾ ਮਾਹੌਲ ਹੈ ਜਿਵੇਂ ਕੋਈ ਵਿਆਹ ਰੱਖਿਆ ਹੁੰਦਾ ਹੈ, ਤਾਂਤਾ ਲੱਗਿਆ ਹੋਇਆ ਹੈ, ਬੇਹੱਦ ਪਿੰਡ ਦੇ ਸਾਰੇ ਲੋਕ ਖੁਸ਼ ਨੇ ਅਤੇ ਉਹਨਾਂ ਦੇ ਘਰੇ ਲੋਕਾਂ ਦੇ ਤਾਂਤਾ ਲੱਗਿਆ ਹੋਇਆ ਹੈ, ਆਓ ਦੇਖਦੇ ਹਾਂ ਇਹ ਮਾਹੌਲ ਜਾ ਰਹੀ ਹੈ ਜਿੱਥੇ ਭਗਵੰਤ ਮਾਨ ਦੇ ਘਰ ਦੇ ਪਰਿਵਾਰ ਵਾਲਿਆਂ ਨੇ ਬੇਹੱਦ ਖੁਸ਼ਨੁਮਾ ਮਾਹੌਲ ਬਣਿਆ ਹੋਇਆ ਹੈ ਅਤੇ ਕੀ ਕਹਿ ਰਹੇ ਨੇ ਭਗਵੰਤ ਮਾਨ ਦੇ ਭੈਣ ਜੀ, ਬੇਹੱਦ ਖੁਸ਼ਨੁਮਾ ਮਾਹੌਲ ਬਣਿਆ ਹੋਇਆ ਹੈ ਅਤੇ ਕੀ ਕਹਿ ਰਹੇ ਨੇ ਭਗਵੰਤ ਮਾਨ ਦੇ ਭੈਣ ਜੀ।